ਬੋਲ ਸ਼ੰਕਰ ਭਗਵਾਨ ਕੀ ਜੈ, ਈਸ਼ਵਰ ਮਹਾਦੇਵ ਕੀ ਜੈ, ਹਰ ਹਰ ਮਹਾਦੇਵ, ਹਰ ਹਰ ਮਹਾਦੇਵ। ਅੱਜ ਪੁਰਾਤਨ ਸ਼ਿਵ ਮੰਦਿਰ ਜਟਵਾੜ ਦੇ ਵਿੱਚ ਮੰਦਿਰ ਦੀ ਕਮੇਟੀ ਵੱਲੋਂ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਵੱਲੋਂ ਪਹਿਲੇ ਨਰਾਤੇ ਦੇ ਮੌਕੇ 'ਤੇ ਔਰ ਸਨਾਤਨ ਮਤ ਦੇ ਅਨੁਸਾਰ ਨਵੇਂ ਵਰ੍ਹੇ ਦੀ ਸ਼ੁਰੂਆਤ ਦੇ ਮੌਕੇ ਦੇ ਉੱਪਰ ਜਿਹੜਾ ਕੰਜਕ ਪੂਜਨ ਕੀਤਾ ਗਿਆ, ਧਾਰਮਿਕ ਸਮਾਗਮ ਕੀਤਾ ਗਿਆ ਅਤੇ ਮੈਨੂੰ ਵੀ ਇਹਨਾਂ ਨੇ ਇੱਥੇ ਨਤਮਸਤਕ ਹੋਣ ਦਾ, ਮੱਥਾ ਟੇਕਣ ਦਾ, ਸ਼ਾਮਿਲ ਹੋਣ ਦਾ ਮੌਕਾ ਦਿੱਤਾ। ਮੈਂ ਸਾਰੀ ਮੰਦਿਰ ਕਮੇਟੀ ਦਾ ਪ੍ਰਧਾਨ ਜੀ, ਮੰਦਿਰ ਕਮੇਟੀ ਦੇ ਚੰਦਨ ਸਾਹਿਬ ਅਤੇ ਭਾਰਤ ਮੰਦਿਰ ਕਮੇਟੀ ਦੇ ਸਾਡੇ ਆਗੂ ਬਲ ਸਾਹਿਬ ਅਤੇ ਨਾਲ ਹੀ ਜਿਹੜੀ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਭੰਡਾਰੀ ਸਾਹਿਬ, ਸੈਕਟਰੀ ਅਮਨਦੀਪ ਕਪਲਿਸ਼ ਜੀ, ਸਾਰੇ ਜਿੰਨੇ ਵੀ ਸਾਡੇ ਐਸ ਡੀ ਓ ਸਾਹਿਬ ਮੰਦਿਰ ਕਮੇਟੀ ਦੇ, ਸਾਰੀ ਕਮੇਟੀ ਦਾ ਮੈਂ ਧੰਨਵਾਦ ਕਰਦਾ ਕਿ ਇਸ ਪਵਿੱਤਰ ਮੌਕੇ ਦੇ ਉੱਪਰ ਇਹਨਾਂ ਨੇ ਮੈਨੂੰ ਇੱਥੇ ਸੱਦਾ ਦੇ ਕੇ ਮੱਥਾ ਟੇਕਣ ਦਾ ਸਾਰੀ ਟੀਮ ਦੇ ਨਾਲ ਮੌਕਾ ਦਿੱਤਾ ਅਤੇ ਅਸੀਂ ਅੱਜ ਇੱਥੇ ਇਹੀ ਕਾਮਨਾ ਕਰਦੇ ਹਾਂ ਕਿ ਅਸੀਂ ਭਗਵਾਨ ਸ਼ਿਵ ਜੀ ਦੇ ਕੋਲੋਂ ਹੀ ਇਹੀ ਕਾਮਨਾ ਕਰਦੇ ਹਾਂ ਕਿ ਸਾਡੇ ਇਲਾਕੇ ਦੇ ਵਿੱਚ, ਸਾਡੇ ਜ਼ਿਲ੍ਹੇ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ, ਸਭ ਨੂੰ ਰੁਜ਼ਗਾਰ ਮਿਲੇ। ਜਿਹੜੀਆਂ ਅਲਾਮਤਾਂ ਨੇ ਸਾਡੇ ਸਮਾਜ ਨੂੰ, ਸਾਡੇ ਸੂਬੇ ਨੂੰ ਘੇਰਿਆ ਹੋਇਆ, ਉਹਨਾਂ ਤੋਂ ਸਭ ਦਾ ਛੁਟਕਾਰਾ ਹੋਵੇ ਅਤੇ ਸਾਰੇ ਚੰਗੀ ਸੋਚ ਦੇ ਨਾਲ ਇੱਕ ਚੰਗੇ ਸਮਾਜ ਦੀ ਸਿਰਜਣਾ ਦੇ ਲਈ, ਭਾਈਚਾਰੇ ਦੇ ਲਈ ਕੰਮ ਕਰਨ। ਧੰਨਵਾਦ।